ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਪਾਂ ਪੰਜਾਬ ਵਿੱਚ ਹੈਵੀ ਡਰਾਈਵਿੰਗ ਲਾਇਸੈਂਸ ਯਾਨੀ HMV ਹੈਵੀ ਮੋਟਰ ਵਹੀਕਲ ਲਾਇਸੈਂਸ ਕਿਵੇਂ ਅਪਲਾਈ ਕਰ ਸਕਦੇ ਹਾਂ। ਦੋਸਤੋ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਕਿਹੜੇ ਕਿਹੜੇ ਡਾਕੂਮੈਂਟ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਹੈਵੀ ਡਰਾਈਵਿੰਗ ਲਾਇਸੈਂਸ ਬਣਾਉਣ ਲਈ। ਸਭ ਤੋਂ ਪਹਿਲਾਂ ਆਪਾਂ ਨੂੰ ਮਹੂਆਣਾ ਸੰਸਥਾ ਮੁਕਤਸਰ ਵਿੱਚ ਆ ਜਿਹੜਾ ਇੰਸਟੀਚਿਊਟ ਆ ਉੱਥੋਂ ਆਪਾਂ ਨੂੰ ਇੱਕ ਟ੍ਰੇਨਿੰਗ ਦਾ ਸਰਟੀਫਿਕੇਟ ਲੈਣਾ ਪੈਂਦਾ ਹੈ। ਇਸ ਤੋਂ ਬਾਅਦ ਫੋਰਮ ਨੰਬਰ 1 ਆਪਣੇ ਕੋਲ ਹੋਣਾ ਚਾਹੀਦਾ ਹੈ ਅਤੇ ਫੋਰਮ ਨੰਬਰ 8 ਆਪਣੇ ਕੋਲ ਹੋਣਾ ਚਾਹੀਦਾ ਹੈ ਅਤੇ ਫੋਰਮ ਨੰਬਰ 1A ਆਪਣੇ ਕੋਲ ਹੋਣਾ ਚਾਹੀਦਾ ਹੈ। ਅਤੇ ਇਸ ਤੋਂ ਇਲਾਵਾ ਸੈਲਫ ਡਿਕਲੇਰੇਸ਼ਨ ਸ਼ਵੈ ਘੋਸ਼ਣਾ ਪੱਤਰ ਆਪਣੇ ਕੋਲ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਏਜ ਪਰੂਫ ਅਤੇ ਆਪਣਾ ਘਰ ਦਾ ਐਡਰੈਸ ਪਰੂਫ ਆਪਣੇ ਕੋਲ ਹੋਣਾ ਚਾਹੀਦਾ ਹੈ। ਦੋਸਤੋ ਇਹ ਜਿੰਨੇ ਵੀ ਡਾਕੂਮੈਂਟ ਨੇ ਮੈਂ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸਾਂਗਾ ਨੈਕਸਟ ਵੀਡੀਓ ਵਿੱਚ, ਹਰ ਵੀਡੀਓ ਵੀ ਦੱਸਾਂਗਾ ਕਿ ਤੁਸੀਂ ਇਹ ਕਿਵੇਂ ਬਣਵਾ ਸਕਦੇ ਹੋ ਅਤੇ ਕਿੱਥੋਂ ਤੁਹਾਨੂੰ ਇਹ ਡਾਊਨਲੋਡ ਕਰਨਾ। ਅੱਜ ਦੀ ਵੀਡੀਓ ਵਿੱਚ ਆਪਾਂ ਸਿਰਫ ਗੱਲ ਕਰਾਂਗੇ ਮਹੂਆਣਾ ਇੰਸਟੀਚਿਊਟ ਤੋਂ ਆਪਾਂ ਜਿਹੜਾ ਕਿ ਟ੍ਰੇਨਿੰਗ ਦਾ ਜਿਹੜਾ ਸਰਟੀਫਿਕੇਟ ਆ ਉਹ ਕਿਵੇਂ ਹਾਸਿਲ ਕਰਨਾ। ਦੋਸਤੋ ਅੱਗੇ ਚੱਲਣ ਤੋਂ ਪਹਿਲਾਂ ਕੁਝ ਮਹੱਤਵਪੂਰਨ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਹੈ। ਜੇ ਤੁਸੀਂ ਹੈਵੀ ਡਰਾਈਵਿੰਗ ਲਾਇਸੈਂਸ ਵਾਸਤੇ ਅਪਲਾਈ ਕਰ ਰਹੇ ਹੋ ਤਾਂ ਉਸ ਤੋਂ ਪਹਿਲਾਂ ਆਪਣੇ ਕੋਲ LMB ਡਰਾਈਵਿੰਗ ਲਾਇਸੈਂਸ 4-wheeler ਦਾ ਲਾਇਸੈਂਸ ਜਿਹੜਾ ਹੋਣਾ ਚਾਹੀਦਾ ਅਤੇ ਇਹ ਲਾਇਸੈਂਸ ਜਿਹੜਾ ਕਿ LMB ਲਾਇਸੈਂਸ ਹੁੰਦਾ ਹੈ ਇਹ ਘੱਟੋ ਘੱਟ 1 ਸਾਲ ਪੁਰਾਣਾ ਹੋਣਾ ਚਾਹੀਦਾ ਅਤੇ ਜਿਹੜਾ ਵੀ ਕੈਂਡੀਡੇਟ ਇਸ ਨੂੰ ਅਪਲਾਈ ਕਰ ਰਿਹਾ ਹੈ ਹੈਵੀ ਡਰਾਈਵਿੰਗ ਲਾਇਸੈਂਸ ਵਾਸਤੇ ਅਪਲਾਈ ਕਰ ਰਿਹਾ ਅਤੇ ਉਸਦੀ ਏਜ ਲਿਮਿਟ 20 ਤੋਂ 22 ਸਾਲ ਤੋਂ ਅਬਵ ਹੋਣੀ ਚਾਹੀਦੀ ਹੈ, ਮਤਲਬ ਕਿ 22 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਉਸਦੀ ਏਜ ਲਿਮਿਟ। ਓਕੇ ਦੋਸਤੋ ਹੁਣ ਗੱਲ ਕਰ ਲੈਂਦੇ ਆਪਾਂ ਮਹੂਆਣਾ ਜਿਹੜਾ ਇੰਸਟੀਚਿਊਟ ਵਿੱਚ ਆਪਾਂ ਜਿਹੜਾ ਟ੍ਰੇਨਿੰਗ ਦਾ ਸਰਟੀਫਿਕੇਟ ਕਿਵੇਂ ਹਾਸਿਲ ਕਰਨਾ ਹੈ। ਦੋਸਤੋ ਤੁਹਾਨੂੰ ਮੇਨ ਜਾਣਕਾਰੀ ਤੁਹਾਨੂੰ ਮੈਂ ਇਸ ਵੀਡੀਓ ਥਰੂ ਦੇ ਦੇਣਾ, ਬਾਕੀ ਤੁਸੀਂ ਇਸ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਉੱਪਰ ਜਾ ਕੇ ਚੰਗੀ ਤਰ੍ਹਾਂ ਪੰਜਾਬੀ ਵਿੱਚ ਰੀਡ ਕਰ ਸਕਦੇ ਹੋ ਅਤੇ ਪੂਰੀ ਜਾਣਕਾਰੀ ਲੈ ਸਕਦੇ ਹੋ। ਇਸਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ। ਦੋਸਤੋ ਇਸ ਇੰਸਟੀਚਿਊਟ ਵਿੱਚ ਕਰਦੇ ਕੀ ਨੇ, 2 ਦਿਨਾਂ ਦੀ ਟ੍ਰੇਨਿੰਗ ਦਿੰਦੇ ਨੇ ਅਤੇ ਜਿਹੜੀ ਹੈਵੀ ਮੋਟਰ ਵਹੀਕਲ ਨੇ ਉਹਨਾਂ ਬਾਰੇ ਜਾਣਕਾਰੀ ਦਿੰਦੇ ਨੇ ਅਤੇ ਕਿਹੜੀ ਕਿਹੜੀ ਆਪਾਂ ਨੂੰ ਸਾਵਧਾਨੀ ਵਰਤਣੀ ਹੈ ਅਤੇ ਇਸ ਰਿਲੇਟਡ ਹੀ ਆਪਾਂ ਨੂੰ ਇੱਕ ਇਗਜ਼ਾਮ ਲਿੱਤਾ ਜਾਂਦਾ ਜਿਸ ਵਿੱਚ 10 ਕੁਐਸਚਨ ਹੁੰਦੇ ਨੇ ਟੋਟਲ ਅਤੇ ਉਹ ਆਪਾਂ ਨੂੰ ਲਾਜ਼ਮੀ ਪਾਸ ਕਰਨਾ ਜ਼ਰੂਰੀ ਹੁੰਦਾ ਹੈ, ਫਿਰ ਹੀ ਆਪਣਾ ਜਿਹੜਾ ਸਰਟੀਫਿਕੇਟ ਹੈ ਜਿਹੜਾ ਹੀ ਅਪਲੋਡ ਕਰਦੇ ਨੇ। ਅਤੇ ਇਹ ਟ੍ਰੇਨਿੰਗ ਤੁਸੀਂ ਔਨਲਾਈਨ ਜਾਂ ਆਫਲਾਈਨ ਦੋਨੇ ਤਰੀਕੇ ਨਾਲ ਲੈ ਸਕਦੇ ਹੋ, ਜਾਂ ਤਾਂ ਤੁਸੀਂ ਮਹੂਆਣਾ ਜਾ ਕੇ ਇਹ ਟ੍ਰੇਨਿੰਗ ਲੈ ਸਕਦੇ ਹੋ ਜਾਂ ਆਪਣੇ ਘਰੇ ਬੈਠੇ ਔਨਲਾਈਨ ਇਸ ਦੀ ਤਿਆਰੀ ਕਰ ਸਕਦੇ ਹੋ। ਦੋਸਤੋ ਹੁਣ ਤੁਹਾਨੂੰ ਦੱਸ ਦੇਣਾ ਕਿ ਤੁਸੀਂ ਔਨਲਾਈਨ ਜਿਹੜਾ ਕਿ ਇਹ ਟ੍ਰੇਨਿੰਗ ਲੈਣ ਵਾਸਤੇ ਅਪਲਾਈ ਕਿਵੇਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਇਸ ਵੈਬਸਾਈਟ ਉੱਪਰ ਆ ਜਾਵਾਂਗੇ ਆਪਾਂ ਅਤੇ ਇੱਥੇ ਆਪਾਂ ਨੂੰ ਐਡਮਿਸ਼ਨ ਦਾ ਆਪਸ਼ਨ ਮਿਲ ਜਾਂਦਾ ਅਤੇ ਅਪਲਾਈ ਔਨਲਾਈਨ 'ਤੇ ਆਪਾਂ ਕਲਿੱਕ ਕਰ ਲਾਂਗੇ ਅਤੇ ਕਲਿੱਕ ਕਰਨ ਤੋਂ ਬਾਅਦ ਨੀਚੇ ਆਪਾਂ ਨੂੰ ਰਜਿਸਟ੍ਰੇਸ਼ਨ ਔਨਲਾਈਨ ਟ੍ਰੇਨਿੰਗ ਦਾ ਆਪਸ਼ਨ ਆਪਾਂ ਨੂੰ ਮਿਲ ਜਾਂਦਾ, ਇੱਥੇ ਆਪਾਂ ਕਲਿੱਕ ਕਰਾਂਗੇ ਅਤੇ ਇਸ ਤੋਂ ਬਾਅਦ ਆਪਾਂ ਕਰਨਾ ਕਿ ਆਪਾਂ ਸਾਈਨ ਅਪ 'ਤੇ ਆਪਾਂ ਕਲਿੱਕ ਕਰ ਲਾਂਗੇ ਅਤੇ ਇੱਥੇ ਹੁਣ ਆਪਾਂ ਨੂੰ ਆਪਣਾ ਮੋਬਾਈਲ ਨੰਬਰ ਜਿਹੜਾ ਫਿਲ ਕਰਨਾ ਹੋਵੇਗਾ ਅਤੇ ਗੈਟ OTP 'ਤੇ ਆਪਾਂ ਕਲਿੱਕ ਕਰ ਦਾਂਗੇ। ਮੋਬਾਈਲ ਨੰਬਰ ਫਿਲ ਕਰਨ ਤੋਂ ਬਾਅਦ ਆਪਾਂ ਇੱਕ ਪਾਸਵਰਡ ਜਨਰੇਟ ਕਰਨਾ, ਕੋਈ ਵੀ ਤੁਸੀਂ ਆਪਣਾ ਨਾਮ ਹੈ ਆਪਣਾ ਮੋਬਾਈਲ ਨੰਬਰ ਇੱਥੇ ਲਿਖ ਸਕਦੇ ਹੋ ਪਾਸਵਰਡ ਦੀ ਜਗ੍ਹਾ 'ਤੇ ਅਤੇ ਇਸ ਤੋਂ ਬਾਅਦ ਆਪਣੇ ਮੋਬਾਈਲ 'ਤੇ 1 4 ਅੱਖਰਾਂ ਦਾ ਜਿਹੜਾ ਕਿ OTP ਆਉਂਦਾ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ, ਇਹ ਇੱਥੇ ਫਿਲ ਕਰਨ ਤੋਂ ਬਾਅਦ ਆਪਾਂ ਵੈਰੀਫਾਈ OTP 'ਤੇ ਆਪਾਂ ਕਲਿੱਕ ਕਰ ਦਾਂਗੇ। ਇਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਾਂ ਨੂੰ ਦੇਖਣ ਨੂੰ ਮਿਲਦਾ ਅਤੇ ਇੱਥੇ ਪੂਰੀ ਡਿਟੇਲ ਇਹਨਾਂ ਨੇ ਪੰਜਾਬੀ ਵਿੱਚ ਦਿੱਤੀ ਹੋਈ, ਇੱਕ ਵਾਰ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਰੀਡ ਜ਼ਰੂਰ ਕਰ ਲਿਓ ਅਤੇ ਪੂਰੀ ਕਲਾਸਾਂ ਦੀ ਜਾਣਕਾਰੀ ਦਿੱਤੀ ਹੈ, ਪੂਰੇ ਸਿਲੇਬਸ ਦੀ ਜਾਣਕਾਰੀ ਦਿੱਤੀ ਹੈ ਵੀ ਕਿਹੜੇ ਕਿਹੜੇ ਟਾਈਪ ਦੇ ਕੁਐਸਚਨ ਇਹਨਾਂ ਨੇ ਪੁੱਛਣੇ ਆ ਅਤੇ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਲੈ ਕੇ ਜਦੋਂ ਉੱਥੇ ਅਪਲਾਈ ਕਰਨ ਜਾਂਦੇ ਹੋ ਤਾਂ ਉੱਥੇ ਮਤਲਬ ਕਿ ਜਿਹੜੀ ਟ੍ਰੇਨਿੰਗ ਦੇਣ ਜਾਂਦੇ ਹੋ ਉੱਥੇ ਜ਼ਰੂਰਤ ਪੈ ਸਕਦੀ ਹੈ। ਦੋਸਤੋ ਹੁਣ ਆਪਾਂ ਗੱਲ ਕਰੀਏ ਨਾ ਅਪਲਾਈ ਕਿਵੇਂ ਕਰਨਾ ਔਨਲਾਈਨ ਟ੍ਰੇਨਿੰਗ ਵਾਸਤੇ, ਸਭ ਤੋਂ ਪਹਿਲਾਂ ਅਪਲਾਈ ਫੋਰਮ 'ਤੇ ਕਲਿੱਕ ਕਰ ਲਾਂਗੇ ਇੱਥੇ ਅਤੇ ਇਸ ਤਰ੍ਹਾਂ ਦਾ ਫੋਰਮ ਆਪਾਂ ਨੂੰ ਨੋਰਮਲ ਜੀ ਡਿਟੇਲ ਆ ਦੋਸਤੋ ਆਪਣੀ ਡਿਟੇਲ ਭਰਨੀ ਹੁੰਦੀ ਹੈ ਇੱਥੇ ਫਿਲ ਕਰ ਲਾਂਗੇ। ਫਿਲ ਕਰਨ ਤੋਂ ਬਾਅਦ ਕੀ ਹੁੰਦਾ ਆਪਾਂ ਨੂੰ ਡਾਕੂਮੈਂਟ ਅਪਲੋਡ ਕਰਨੇ ਹੁੰਦੇ ਆ ਅਤੇ ਉਸ ਤੋਂ ਬਾਅਦ ਡਾਕੂਮੈਂਟ ਅਪਲੋਡ ਕਰਨ ਤੋਂ ਬਾਅਦ ਆਪਾਂ ਨੂੰ ਕਿ ਫੀਸ ਦਾ ਆਪਸ਼ਨ ਆਉਂਦਾ ਹੈ ਅਤੇ ਇਸ ਤੋਂ ਬਾਅਦ ਆਪਾਂ ਪ੍ਰਿੰਟ ਫੋਰਮ ਨੂੰ ਪ੍ਰਿੰਟ ਕਰ ਲਾਂਗੇ ਜਿਸ ਵਿੱਚ ਪੂਰੀ ਜਾਣਕਾਰੀ ਦਿੱਤੀ ਹੁੰਦੀ ਹੈ ਕਿ ਕਿਸ ਡੇਟ ਨੂੰ ਤੁਹਾਡੀ ਜਿਹੜੀ ਟ੍ਰੇਨਿੰਗ ਸਟਾਰਟ ਹੋਵੇਗੀ ਉੱਥੇ ਅਤੇ ਪੂਰੀ 2 ਦਿਨ ਆਪਾਂ ਨੂੰ ਉੱਥੇ ਰਹਿਣਾ ਪੈਂਦਾ ਹੈ ਜਾਂ ਰੈਗੂਲਰ ਆਪਾਂ ਨੂੰ ਜਾਣਾ ਪੈਂਦਾ ਹੈ। ਜੇ ਤੁਸੀਂ ਨਹੀਂ ਜਾਂਦੇ ਹੋ ਟਾਈਮ ਸਿਰ ਨਹੀਂ ਪਹੁੰਚਦੇ ਹੋ ਤਾਂ ਤੁਹਾਡਾ ਇਹ ਸਰਟੀਫਿਕੇਟ ਜਿਹੜਾ ਇਸ਼ੂ ਨਹੀਂ ਹੁੰਦਾ ਅਤੇ ਜਦੋਂ ਤੁਹਾਡਾ ਇਹ ਕਲੀਅਰੀਫਾਈ ਕਰ ਲੈਂਦੇ ਹੋ ਤੁਸੀਂ ਇਹਨਾਂ ਦੀ ਟ੍ਰੇਨਿੰਗ ਤਾਂ 3 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਮੋਬਾਈਲ 'ਤੇ ਲਿੰਕ ਭੇਜ ਦਿੱਤਾ ਜਾਂਦਾ ਜਿੱਥੋਂ ਤੁਸੀਂ ਇਹ ਜਿਹੜਾ ਕਿ ਆਪਣਾ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ ਅਤੇ ਜਿਵੇਂ ਹੀ ਤੁਹਾਡਾ ਸਰਟੀਫਿਕੇਟ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਡਾਊਨਲੋਡ ਕਰ ਲੈਂਦੇ ਹੋ ਤਾਂ ਉਸਦਾ ਪ੍ਰਿੰਟ ਕਢਵਾਉਣਾ ਤੁਸੀਂ ਅਤੇ ਨਾਲ ਦੇ ਜਿਹੜੇ ਡਾਕੂਮੈਂਟ ਮੈਂ ਸ਼ੁਰੂ ਵਿੱਚ ਦੱਸੇ ਸੀ ਤੁਹਾਨੂੰ ਇਹ ਸਾਰੇ ਕਲੈਕਟ ਕਰਕੇ ਇਹਨਾਂ ਨੂੰ ਇੱਕ ਫਾਈਲ ਬਣਾ ਕੇ ਆਪਣੇ ਨੇੜੇ ਦੇ RTO ਆਫਿਸ ਵਿੱਚ ਜਾਣਾ ਅਤੇ ਉੱਥੇ ਸਬਮਿਟ ਕਰਵਾ ਦੇਣਾ। ਅਤੇ ਬਾਕੀ ਰਹੀ ਗੱਲ ਇਸ ਦੀ ਫੀਸ ਦੀ, ਦੋਸਤੋ ਕਾਫੀ ਮੇਰੇ ਦੋਸਤਾਂ ਨੇ ਸਵਾਲ ਪੁੱਛਿਆ ਸੀ ਆਖਰ ਇਸ ਸਰਟੀਫਿਕੇਟ ਦੀ ਲਈ ਟ੍ਰੇਨਿੰਗ ਲੈਂਦੇ ਹਾਂ ਜਿਹੜੀ ਕਿ ਉਸਦੀ ਫੀਸ ਕਿੰਨੀ ਹੁੰਦੀ ਆ, ਤਾਂ ਇੱਥੇ ਆਪਾਂ ਨੂੰ ਕੋਰਸ ਦੇ ਆਪਸ਼ਨ 'ਤੇ ਜਾਣਾ ਪਵੇਗਾ ਸਭ ਤੋਂ ਪਹਿਲਾਂ ਅਤੇ ਇੱਥੇ ਆਪਾਂ ਨੂੰ ਹੈਵੀ ਮੋਟਰ ਵਹੀਕਲ 'ਤੇ ਆਪਾਂ ਕਲਿੱਕ ਕਰ ਲਾਂਗੇ। ਕਲਿੱਕ ਕਰਨ ਤੋਂ ਬਾਅਦ